ਜੋ ਵੀ ਕੱਲ ਏਅਰਪੋਰਟ ਤੇ ਹੋਇਆ ਉਹਨੇ ਠੀਕ ਕੀਤਾ। ਤੇ ਬਾਕੀ ਦੂਜਾ ਜੋ ਪਰਿਵਾਰ ਆ, ਜੋ ਜਸੇਬੰਦੀ ਆ ਉਹਦੇ ਨਾਲ ਆ ਆਖੇ। ਪਰ ਮੇਰੀ ਬੇਟੀ ਏਦਾਂ ਦੀ ਨਹੀਂ, ਮੈਂ ਨਹੀਂ ਮੰਨਦੀ ਇਹਨੂੰ ਜਿੰਨਾ ਚਿਰ ਮੈਂ ਆਪਣੀ ਅੱਖੀ ਨਹੀਂ ਵੇਖਦੀ। ਤੇ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ, ਮੈਂ ਕੁਛ ਨਹੀਂ ਕਹਿ ਸਕਦੀ। ਜਾਂ ਮੈਨੂੰ ਤੁਹਾਡੇ ਪਰਿਵਾਰ ਦਾ ਪਿਛੋਕੜ ਕੀ ਹੈਗਾ? ਸੁਣਨ ਚ ਆਇਆ ਸੀ ਕਿ ਤੁਹਾਡੇ ਪਰਿਵਾਰ ਦੇ ਵਿੱਚ 4 ਔਰ 5 ਬੰਦੇ ਜਿਹੜੇ ਆ ਉਹ ਭਾਰਤੀ ਫੌਜ ਦੇ ਨਾਲ ਹੈਗੇ ਆ। ਕੌਣ ਕੌਣ ਹੈਗੇ? ਇੱਕ ਮੇਰਾ ਭਣਵਾਈਆ, 2 ਮੇਰੇ ਜੇਠ ਲੱਗਦੇ ਜੇਠ ਹੀ ਆ, ਇੱਕ ਜੇਠ ਮੇਰਾ ਪੂਰਾ ਆ ਗਿਆ, ਇੱਕ ਜਲੰਧਰ ਆ, ਇੱਕ ਕਪਤਨ ਸਾਹਿਬ ਪਿੰਡ ਆ, ਤੇ ਬਾਕੀ ਹੁਣ ਮੇਰੇ ਭਤੀਜਾ ਵੀ ਫੌਜ ਦੇ ਵਿੱਚ ਆ, ਬਾਕੀ ਉਹ ਮੇਰੇ ਜਵਾਈ ਵੀ ਦੂਜਾ ਵਾਰਾ ਹੈਗੇ ਆ, ਭਣੇਵੇਂ ਜਵਾਈ ਮੇਰੇ, ਸਾਰਾ ਪਰਿਵਾਰ ਸਾਡਾ। ਕਤਰ ਦੀ ਲੜਾਈ, 65 ਦੀ ਲੜਾਈ, ਜੋ ਜੰਗ ਜਿੱਤਿਆ ਉਹ ਮੇਰੇ ਜੇਠਾਂ ਨੇ ਉੱਥੇ ਦੂਜਾ, ਉਸ ਟਾਈਮ ਤੇ ਪੱਤੇ ਖਾ ਖਾ ਕੇ ਪਿੱਪਲਾਂ ਦੇ, ਤੇ ਦੂਜਾ ਭੁੱਖੇ ਤੇ ਆਏ ਉੱਥੇ, ਦੂਜਾ ਲੜਦੇ ਰਹੇ ਜੰਗ। ਕੋਈ ਇਹੋ ਜਿਹੀ ਸਾਨੂੰ ਕੋਈ ਗੱਲ ਦੀ ਕੋਈ ਸ਼ਿਕਾਇਤ ਨਹੀਂ ਆਈ। ਮੇਰੀ 16 ਸਾਲ ਹੋ ਗਏ ਮੇਰੀ ਬੇਟੀ ਨੂੰ ਨੌਕਰੀ ਕਰਨ ਨੂੰ, ਅਜੇ ਤੱਕ ਇਹ ਗੱਲ ਹੋਈ ਨਹੀਂ। ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀ ਨਹੀਂ ਵੇਖਦੀ। ਸੁਣਨ, ਤੁਸੀਂ ਸੰਘਰਸ਼ ਦੇ ਵਿੱਚ ਦਿੱਲੀ ਕਿੰਨੀ ਦੇਰ ਰਹੇ ਤੇ ਤੁਹਾਡੀਆਂ ਕੀ ਕੀ ਡਿਮਾਂਡਾਂ ਸੀਗੀਆਂ? ਮੇਰੀਆਂ ਡਿਮਾਂਡਾਂ ਇਹੋ ਸੀਗੀਆਂ, ਸਾਨੂੰ ਖਰਾਬਾ ਮਿਲੇ, ਕਿਉਂ ਸਾਡੀਆਂ ਫਸਲਾਂ ਰੁੜੀਆਂ ਵਾ, ਇਹਨਾਂ ਦਾ ਨੁਕਸਾਨ ਕੋਈ ਹੋਇਆ ਉਹ ਮਿਲੇ, ਸਾਡੀਆਂ ਜ਼ਮੀਨਾਂ ਜਿਹੜੀਆਂ ਪੱਕੀਆਂ ਹੋਈਆਂ ਨਾ, ਕੱਚੀਆਂ ਕੀਤੀਆਂ, ਉਹ ਸਾਡੀਆਂ ਮਾਲਕੀਆਂ ਬਣ ਜਾਣ। ਕੁਲਵਿੰਦਰ ਨੇ ਵੀ ਕੱਲ ਤੁਹਾਡਾ ਜ਼ਿਕਰ ਕੀਤਾ, ਤੁਸੀਂ ਵੀਡੀਓ ਦੇਖੀ ਹੋ ਮੈਨੂੰ ਨੀ ਪਤਾ ਲੱਗਾ, ਇਹਨਾਂ ਦੱਸਿਆ ਹੀ ਨੀ ਗਾ। ਹਾਂ, ਮੈਨੂੰ ਨੀ ਦੱਸਿਆ, ਕੱਲ ਫੁੱਲ ਸੀ ਮੈਂ ਉੱਥੇ ਚੱਲ ਗਈ, ਮੈਂ ਘਰੇ ਨੀ ਸੀ ਹੈਗੀ। ਜਿਗਰ ਤੇ ਉਹਨੇ ਕਰਨਾ ਸੀ, ਮਾਂ ਆਪਣੀ ਮਾੜੀ ਹੋਵੇ ਚੰਗੀ ਹੋਵੇ, ਕੋਈ ਬੱਚਾ ਜਾਂਦਾ? ਜਦੋਂ ਮਾਂ ਨੂੰ ਕਹਿਤਾ 100 ਰੁਪਏ ਦੇ ਲੈ ਕੇ, ਤੇ ਉਹ ਧਰਨੇ ਤੇ ਜਾਂਦੀਆਂ ਦਿਹਾੜੀ ਦੀ, ਦਵਾਨੀ ਦੀ, ਮੈਂ ਦਵਾਨੀ ਦੀ ਹੋ ਗਈ ਆ। ਹੈਂ, ਜਦੋਂ ਉਹ ਪਾਣੀਆਂ ਦੇ ਵਿੱਚ ਛੰਨਾ ਗੋਹੇ ਵਾਲਿਆਂ ਦੇ ਵਿੱਚ ਮੈਂ ਜਨਮ ਦਿੱਤਾ, ਸਭ ਕੁਛ ਕੀਤਾ। ਆਹ ਜਿਹੜਾ ਪ੍ਰਧਾਨ ਵਾ, ਇਹ ਵੀ ਇੱਕ ਪਾਸੇ ਦੂਜਾ ਪਹੂ, ਤੇ ਇੱਕ ਪਾਸੇ ਦੂਜਾ ਹੀ ਗੰਦ, ਤੇ ਇੱਥੇ ਦੂਜਾ ਪਾਣੀ ਘੇਰ ਘੇਰ ਮੇਰੇ ਫਿਰਦਾ ਸੀ, ਤੇ ਕਾਹ ਕਾਨੇ ਦੇ ਵਿੱਚ ਮੇਰੀ ਬੇਟੀ ਪੜ੍ਹਨ ਸਹੂਲੀਅਤ ਜਾਂਦੀ ਰਹੀ, ਉਦੋਂ ਕੋਈ ਮੈਨੂੰ ਸ਼ਿਕਾਇਤ ਨਾ ਆਈ, ਨਾ ਮੈਨੂੰ ਕੋਈ ਲਾਮਾ ਆਇਆ। ਅੱਜ ਜੇ ਉਹਨੂੰ ਕਿਹਾ ਕੁਛ, ਤੇ ਫੇਰ ਜੇ ਜਿੰਨਾ ਚਿਰ ਮੈਂ ਅੱਖੀ ਨੀ ਵੇਖਦੀ ਉਹਨਾਂ ਚਿਰ ਮੈਂ ਕੋਈ ਸੱਚ ਨੀ ਮੰਨਦੀ। ਮੈਨੂੰ ਵਿਖਾਇਆ ਜਾਵੇ ਥੱਪੜ ਵੀ ਮਾਰਿਆ ਵਾ, ਤੇ ਕਿੱਦਾਂ ਮਰਜ਼ੀ ਦੱਸੋ, ਮੈਂ ਉਹ ਗਲਤੀ ਪਰ ਜੇ ਨਹੀਂ ਮੇਰੀ ਧੀ ਨੇ ਕੀਤੀ ਤੇ ਮੈਂ ਅਨੀ ਨਹੀਂ ਕੀਤੀ। ਕੁਛ ਕਿਹਾ ਹੋਊਗਾ ਉਹਦੀ, ਇਹੋ ਜਿਹੀ ਗੱਲ ਨੀ ਕਿ ਉਹ ਕਾਹ ਲਿਆਉਣ ਵਾਲੀ ਨੀ, ਕਿ ਜਾਂ ਉਹਨੇ ਨਹੀਂ ਕਿਹਾ, ਉਹਨੇ ਕੁਛ ਪਹਿਲੋਂ ਕਿਹਾ ਹੋਊਗਾ ਕੰਗਣਾ ਨੇ। ਤਾਂ ਲੱਗਦਾ ਕਿ ਕੰਗਣਾ ਨੇ ਉਹਨੂੰ ਉਕਸਾਇਆ ਹੋਊਗਾ, ਉਹਨੂੰ ਕੁਛ ਬੋਲਿਆ, ਇਸ ਤੋਂ ਬਾਅਦ ਗੁੱਸੇ ਜਾ ਕੇ ਉਹ ਕਦੀ ਕਹਿ ਦਿੱਤਾ ਏ ਆ ਵਾ, ਕਦੀ ਕਹਿਤਾ ਏ 100 ਰੁਪਏ ਤੇ ਜਾਂਦੀਆਂ ਏ, ਕਦੀ ਆਂਦੀਆਂ ਦੁੱਕੀ ਦੀਆਂ ਵਾ, ਅਸੀਂ ਦੁੱਕੀ ਦੀਆਂ ਹੋ ਗਈਆਂ। ਹੈਂ, ਅਸੀਂ ਦੁੱਕੀ ਹੱਕ ਲੈਣ ਜਾਂਦੀਆਂ ਸੀ, ਅਸੀਂ ਆਪਣੀਆਂ ਜਾਇਦਾਦਾਂ ਪਿੱਛੇ ਜਾਂਦੇ ਹਾਂ, ਬੱਚਿਆਂ ਵਾਸਤੇ ਜਾਂਦੇ ਸੀ, ਹੈਂ ਖਾਣ ਪੀਣ ਵਾਸਤੇ, ਅਸੀਂ ਬੱਚਿਆਂ ਦੇ ਭਵਿੱਖ ਵਾਸਤੇ ਜਾਂਦੇ ਸੀ। ਸਾਡਾ ਜੀ ਕਰਦਾ ਰੋਡਾਂ ਦੇ ਉੱਤੇ ਬਹਿਣ ਨੂੰ, ਭੁੱਖਿਆਂ ਧਿਆਂ ਦਾ ਬਹਿਣ ਨੂੰ ਜੀ ਕਰਦਾ? ਹੈਂ, ਪਾਣੀ ਦੀ ਘੁੱਟ ਨੂੰ ਵੀ ਅਸੀਂ ਤਰਸਦੇ ਉੱਥੇ, ਧੁੱਪੇ ਸੜਦੀਆਂ ਸਾਂ ਅਸੀਂ, ਕਿੱਥੇ ਸਾਰਾ ਦਿਨ ਉੱਥੇ ਰੋਡਾਂ ਦੇ ਉੱਤੇ, ਉੱਥੇ ਦੁਪਹਿਰਾਂ ਦੇ ਨੰਗੀ ਪੈਰੀ ਅਸੀਂ ਤੁਰੀਆਂ ਫਿਰਦੀਆਂ ਰਹੀਆਂ। ਤੇ ਫਿਰ ਮੇਰੀ ਬੇਟੀ ਦਾ ਕੋਈ ਮੈਂ ਨੀ ਸੱਚ ਮੰਨਦੀ, ਮੇਰੀ ਬੇਟੀ ਦੀ ਵੀਡੀਓ ਦਿਖਾ ਦਿਓ ਕਿ ਆਹ ਬੇਟੀ ਨੇ ਥੱਪੜ ਮਾਰਿਆ, ਤੇ ਉਹ ਦੂਜਾ ਮੈਂ, ਫਿਰ ਮੈਂ ਸੱਚ ਮੰਨੂ, ਮੈਂ ਨੀ ਮੰਨ ਸਕਦੀ। ਬੇਟੀ ਨੇ ਗੱਲਬਾਤ ਹੋਈ ਹੁੰਦੀ? ਮੇਰੀ ਨੀ ਹੋਈ, ਮੈਂ ਨਾ ਨਾ ਮਹਾਰਾਜ ਨੂੰ ਮੰਨਣ ਕੋਈ ਚੰਨ ਚਾਰ ਦਿਨ ਮੇਰੀ ਗੱਲ ਨੀ ਹੋਈ, ਮੈਂ ਘੱਟ ਕਰਦੀ ਤਾਂ ਠੀਕ ਨੀ ਕਰਕੇ, ਮੈਂ ਘੱਟ ਗੱਲ, ਮੇਰੇ ਨਾਲ ਹੁੰਦੀ ਨੀ ਗੱਲ। ਪਿਤਾ ਜੀ ਕਹਿੰਦੇ ਬਿਮਾਰ ਨੇ ਉਹਦੇ? ਆਹੋ, ਸਾਲ ਹੋ ਗਿਆ ਉਹਨਾਂ ਦੇ ਬਿਮਾਰ ਹੋਏ ਨੂੰ, ਅਟੈਕ ਹੋ ਗਿਆ ਅੰਦਰ ਪਏ।